ਆਪਣੀ ਅਲੀਸ਼ਾਨ ਅਤੇ ਸ਼ਾਹੀ ਠਾਠ ਬਾਟ ਲਈ ਮਸ਼ਹੂਰ ਬਲਤਕਾਰੀ ਬਾਬਾ ਗੁਰਮੀਤ ਰਾਮ ਰਹੀਮ ਸਿੰਘ ਦੀ ਜੇਲ੍ਹ 'ਚ ਪਹਿਲੀ ਰਾਤ ਫਰਸ਼ 'ਤੇ ਗੁਜ਼ਰੀ। ਰੋਹਤਕ ਦੀ ਸੁਨਾਰਿਆ ਜੇਲ੍ਹ 'ਚ ਬੰਦ ਗੁਰਮੀਤ ਰਾਮ ਰਹੀਮ ਸਿੰਘ ਦੀ ਅਗਲੀ ਪਹਿਚਾਣ ਕੈਦੀ ਨੰਬਰ 1997 ਵਜੋਂ ਹੋਏਗੀ। ਜੇਲ੍ਹ ਅੰਦਰ ਡੇਰਾ ਪ੍ਰਮੁੱਖ ਨੂੰ ਮਿਲ ਰਹੇ VIP ਟ੍ਰੀਟਮੈਂਟ ਦਾ ਖੰਡਨ ਕਰਦਿਆਂ ਹਰਿਆਣਾ ਦੇ DGP ਜੇਲ੍ਹਾਂ ਨੇ ਕਿਹਾ ਕਿ ਬਾਬਾ ਨੂੰ ਬੀਤੀ ਰਾਤ ਉਸੇ ਥੜੇ 'ਤੇ ਸੁਲਾਇਆ ਗਿਆ ਹੈ ਜੋ ਹੋਰ ਕੈਦੀਆਂ ਲਈ ਬਣਾਇਆ ਗਿਆ ਹੈ। ਰਾਤ ਨੂੰ ਬਾਬਾ ਨੂੰ ਭੁੱਖ ਵੀ ਨਹੀਂ ਲੱਗੀ ਅਤੇ ਕੇਵਲ ਦੁੱਧ ਪੀ ਕੇ ਹੀ ਬਾਬਾ ਨੇ ਆਪਣੀ ਰਾਤ ਲੰਘਾਈ। ਡੇਰਾ ਪ੍ਰਮੁੱਖ ਕੋ ਰੈਸਟ ਹਾਊਸ ਮੇਂ ਨਹੀਂ ਡਿਸਟ੍ਰਿਕਟ ਜੇਲ੍ਹ ਸੁਨਾਰੀਆ ਮੇਂ ਰੱਖਾ ਗਿਆ ਹੈ ਔਰ ਡਿਸਟ੍ਰਿਕਟ ਜੇਲ੍ਹ ਸੁਨਾਰੀਆ ਮੇਂ ਉਨਕੋ ਹਰਿਆਣਾ ਜੇਲ੍ਹ ਮੈਨੂਅਲ ਕੇ ਮੁਤਾਬਿਕ ਜੋ ਇੱਕ ਸਾਧਾਰਨ ਕੈਦੀ ਕੋ ਸੁਵਿਧਾਏ ਦੀ ਜਾਤੀ ਹੈ ਵਹੀ ਸੁਵਿਧਾਏ ਦੀ ਗਈ ਹੈ। ਉਨਕੇ ਕਮਰੇ ਮੇਂ ਕੋਈ AC ਨਹੀਂ ਹੈ। ਕਮਰਾ ਕਿਆ ਬੈਰਕ ਹੈ, ਉਸ ਬੈਰਕ ਮੇਂ ਕੋਈ AC ਨਹੀਂ ਹੈ। ਉਸਮੇਂ ਕੋਈ RO ਨਹੀਂ ਹੈ। ਉਸਮੇਂ ਕੋਈ ਸੇਵਾਦਾਰ ਉਨਕੋ ਨਹੀਂ ਦਿਆ ਗਿਆ ਹੈ। ਜੈਸਾ ਕਿ ਜੇਲ੍ਹ ਕਾ ਨਿਯਮ ਹੈ, ਕੈਦੀਓ ਕੀ ਨਿਗਰਾਨੀ ਮੇਂ ਹੀ ਉਸਕੋ ਉਨਕੀ ਬੈਰਕ ਮੇਂ ਰੱਖਾ ਗਿਆ ਹੈ ਔਰ ਇੱਕ ਸਾਧਾਰਨ ਕੈਦੀ ਕੋ ਜਿਸ ਤਰੀਕੇ ਸੇ ਜੇਲ੍ਹ ਕਾ ਖਾਣਾ ਦਿਆ ਜਾਤਾ ਹੈ ਵਹੀ ਖਾਣਾ ਉਨਕੋ ਦਿਆ ਜਾ ਰਹਾ ਹੈ। ਕੋਈ ਸਪੈਸ਼ਲ ਟ੍ਰੀਟਮੈਂਟ ਕਿਸੇ ਵੀ ਪ੍ਰਕਾਰ ਕਾ ਨਹੀਂ ਹੈ। ਇਸ ਦੇ ਨਾਲ ਹੀ DGP ਜੇਲ੍ਹਾਂ ਨੇ ਦੱਸਿਆ ਕਿ ਬਾਬਾ ਨਾਲ ਇੱਕ ਕੁੜੀ ਵੀ ਰਹਿਣ ਆਈ ਸੀ ਜੋ ਕਿ ਜੇਲ੍ਹ ਦੇ ਨਿਯਮਾਂ ਦੇ ਉਲਟ ਸੀ, ਇਸ ਲਈ ਉਸਨੂੰ ਬਾਬਾ ਨਾਲ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਜੇਲ੍ਹ ਦੇ ਨਿਯਮਾਂ ਮੁਤਾਬਕ ਗੁਰਮੀਤ ਰਾਮ ਰਹੀਮ ਸਿੰਘ ਜੋ ਕੱਪੜੇ ਆਪਣੇ ਨਾਲ ਲੈ ਕੇ ਆਏ ਸੀ ਉਹ ਉਸਨੂੰ ਪਾਉਣ ਲਈ ਜ਼ਰੂਰ ਦਿੱਤੇ ਗਏ। ਉਹ ਕੈਦੀ ਆਪਣੇ ਸਾਥ ਕੱਪੜੇ ਲੈ ਜਾ ਸਕਦਾ ਹੈ, ਉਹੀ ਕੈਦੀ ਉਹੀ ਉਨਕੇ ਸਾਥ ਕੱਪੜੇ ਥੇ, ਉਹ ਕੱਪੜੇ ਜੇਲ੍ਹ ਮੈਨੂਅਲ ਕੇ ਮੁਤਾਬਿਕ ਹਮਨੇ ਅਲਾਓ ਕਰ ਦੀਏ ਥੇ, ਉਹ ਪਹਿਨ ਸਕਦੇ ਹੈ। ਇੱਕ ਦਿਨ ਪਹਿਲਾਂ ਲਗਜ਼ਰੀ ਲਾਈਫ ਜਿਉਣ ਵਾਲਾ ਬਾਬਾ ਨੂੰ ਆਪਣੇ ਕਿੱਤੇ ਦੀ ਭਾਰਤੀ ਨਿਆਂ ਪ੍ਰਣਾਲੀ ਨੇ ਅਜਿਹੀ ਸਜ਼ਾ ਦਿੱਤੀ ਹੈ ਕਿ ਉਹ ਅਰਸ਼ ਤੋਂ ਫਰਸ਼ 'ਤੇ ਆ ਗਿਆ। ਇਹੋ ਭਾਰਤੀ ਕਾਨੂੰਨ ਦੀ ਵਿਸ਼ੇਸ਼ਤਾ ਹੈ। ਬੇਸ਼ੱਕ ਨਿਆਂ ਮਿਲਣ 'ਚ 15 ਸਾਲ ਲੱਗ ਗਏ ਪਰ ਕਾਨੂੰਨ ਨੇ ਆਪਣਾ ਕੰਮ ਬਾਖੂਬੀ ਕੀਤਾ। ਚੰਡੀਗੜ੍ਹ ਤੋਂ ਭਗਵੰਤ ਸਿੰਘ, ਡੇਲੀ ਪੋਸਟ, ਪੰਜਾਬੀ। ਮੇਰਾ ਨਾਮ ਅਰਸ਼ਦੀਪ ਸਿੰਘ ਹੈ ਜੀ, ਮੈਂ ਮਰਿੰਡਾ ਤੋਂ ਰਹਿਣ ਵਾਲਾ ਜੀ ਅਤੇ ਮੇਰਾ ਇਹ ਵੀਜ਼ਾ ਹੈ ਜੀ, ਮਾਈਨ ਟੇਕ ਦਾ 4 ਸਾਲ ਦਾ ਵੀਜ਼ਾ ਜੀ। ਮੇਰੇ 5 ਬੈਂਡ ਸੀਗੇ ਜੀ। ਸਟਾਫ ਦੀ ਸਰਵਿਸ ਬਹੁਤ ਵਧੀਆ ਲੱਗੀ, ਇਹਨਾਂ ਨੇ ਗਾਈਡ ਕੀਤਾ ਸੀਗਾ ਜੀ ਅਤੇ ਬਹੁਤੇ ਗੇੜੇ ਵੀ ਨਹੀਂ ਮਰਵਾਏ ਆਫਿਸ 'ਚ, ਇੱਕੋ ਵਾਰ 'ਚ ਸਾਰੇ ਕੰਮ ਹੋ ਗਏ ਸੀ। ਇੱਥੇ 34 ਸੈਕਟਰ ਚੰਡੀਗੜ੍ਹ ਆਇਆ ਜੀ ਅਤੇ ਉਹਨਾਂ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ ਜੀ ਅਤੇ ਮੇਰੀ ਫਾਈਲ ਰੈਡੀ ਕਰਕੇ ਜੀ ਲਾਂਚ ਕੀਤੀ। ਆਹ ਜੀ ਮੇਰਾ 4 ਸਾਲ ਦਾ ਵੀਜ਼ਾ ਜੀ, 5 ਬੈਂਡ ਨਾਲ ਜੀ। ਕਾਲ 7300703886, ਕਾਲ 7300703886, ਕਾਲ 7300703886।